Thank you.
ਮੈਨੂੰ ਸੱਜੇ ਦਰਬਾਰ ਮਾਰ ਹੋ ਕਿੰਨਾ ਕੁ ਚਿਰੇ ਅਰੇ ਆ ਰਹੇਗਾ I'm not gonna let you go.
ਰੰਗ ਰੱਖਣਾ ਪੁਲੇਟ ਮੈਨੂੰ ਫਕੀਰ ਨਾ ਪਰ ਕਿਸੇ ਦੇ ਕੋਲੇ ਪੈਸਾ ਨਹੀਂ ਮੰਗਣਾ ਪੁੱਤ ਤੇਰੇ ਦੱਤ ਬਹੁਤ ਲਾਉਣਗੇ ਤੇ ਜਦੋਂ ਪੁੱਤ ਮੰਨਤਾ ਪੂਰੀਆਂ ਹੋਣਗੀਆਂ ਤੇ ਆਪ ਹੀ ਲਾਉਣਗੇ ਕਿਆ ਜੋ ਤੂੰ ਅੱਜ ਜਾਗ ਜਿਸ ਘਰ ਦੇ ਵਿੱਚ ਕਰਾ ਰਹੀ ਹੈ ਪੁੱਤ ਦਾ ਮਨਜ਼ੂਰ ਹੈ ਤੇਰੇ ਲੇਖੇ ਤੇ ਜਿਹੜਾ ਸਿਫਤਾਂ ਹੋਣਗੀਆਂ ਪੁੱਤ ਤੇਰਾ ਲੇਖੇ ਲਵਾ ਤਾ ਜੋ ਇਸ ਘਰ ਦੇ ਜਾਗਣ ਵਾਲੇ ਪੁੱਤ ਜਿਨ੍ਹਾਂ ਨੇ ਕਰਵਾਇਆ ਚਲੋ ਪੁੱਤ ਕੱਟਿਆ ਸੀ ਦੇ ਦਿਨੋਂ ਠੀਕ ਆ
ਆਹ ਜੋ ਵੀ ਸੰਗਤ ਪਹਿਲੀ ਵਾਰ ਕਾਰੋਬਾਰ ਕਰ ਰਹਾ ਹੈ ਕਾਰੋਬਾਰ ਕਰ ਰਿਹਾ ਬਸ ਕੌਣ ਆ ਗਿਆ ਬਾਬਾ ਜੀ ਹਾਜ਼ਰ ਹੈ ਜੀ ਇੱਥੇ ਤੈਨੂੰ ਵੀ ਸਿਖਾ ਦੂ ਮੈਂ ਦਾਨਿਆਂ ਜੀ ਖੜਾ
ਮੈਂ ਮਿੱਟੂ ਸਾਰਾ ਉਹਨੂੰ ਆਪਾਂ ਨੂੰ ਸਾਡੇ ਜੇ ਇੱਕ ਵੀ ਮੇਰੇ ਕੇ ਗੱਲ ਕਰਦੇ ਜਿਹਨੂੰ ਆਪਦਾ ਨਹੀਂ ਪਤਾ ਤੇ ਤੈਨੂੰ ਵੀ ਸਿਖਾ ਦੂਗਾ ਸਰਸਵਤੀ ਕਿਤੇ ਲਾਈਏ ਤੁਸੀਂ ਪਹਿਲਾਂ ਮੈਨੂੰ ਜਵਾਬ ਦੇ ਸਰਸਵਤੀ ਲਾਉਣਾ ਸਰਸਵਤੀ ਜਦੋਂ ਪਹਿਲਾਂ ਲਾਉਂਦੇ ਆ ਜਦੋਂ ਪਾਉਂਦੇ ਆ ਇਹ ਉਹਦੀ ਨੌਵੀਂ ਲੈਣ ਕਿਹੜੀ ਤੂੰ ਵੀ ਸਰਾਬ ਲੱਗਾ ਗੁਰੂ ਨਾਨਕ ਦੇਵ ਤਾਂ ਫਿਰ ਤੈਨੂੰ ਸਿੱਧਾ ਨਾ ਤਾਂ ਹਲੇ ਕੀ ਕਹਿਣ ਦਾ ਪੁੱਛਾ ਦੂਗਾ ਮਾਤਾ ਜੈ ਮਾਤਾ ਕਾਲ ਕਾ ਇਹਦਾ ਅਰਥ ਵੀ ਹੋਣਾ ਚਾਹੀਦਾ ਜੇ ਮੈਂ ਸੇਵਾ ਦਾ ਗੱਦੀ ਕਰਦਾ ਤਾਂ ਦੱਸ ਕਿਹੜੇ ਭਜਨ ਬਾਰੇ ਪੁੱਛਣਾ ਦੱਸ ਕਿਹੜੇ ਸਥਾਨ ਦਾ ਪੁੱਛਣਾ ਕਿੰਨਾ ਪਾਠ ਕਿੱਥੇ ਮਾਤਾ ਨੇ ਕਿੱਥੇ ਦੱਸ ਮੈਨੂੰ ਪੁੱਛ ਕਿੱਥੇ ਮਸਾਂ ਫਿਰ ਜਿਹੜਾ ਪੁੱਤ ਫਕੀਰੀ ਲੈਣ ਸਾਜ ਬਾਜ ਵੀ ਫਕੀਰੀ ਲੈਣ ਚਾ ਗੌਰ ਮਜ਼ਾਰ ਵੀ ਫਕੀਰੀ ਲੈਣ ਚਾ ਠੀਕ ਆ ਸਿੱਧਾ ਸਟੇਜ ਤੇ ਚੜੇ ਤੇ ਨਹੀਂ ਤਾਂ ਪੈਦਾ ਹੁੰਦਾ ਇਹ ਪੀਰ ਧੱਕਣ ਲੱਗੇ ਮੈਂ ਚਲਾਉਂਦੇ ਆ ਤੇ ਦੇਣ ਲੱਗੇ ਮਾਈ ਰਾਣੀ ਦੇ ਮੈਂ ਚਲਾਉਂਦੀ ਇਹ ਪੀਰਾਂ ਫਕੀਰਾਂ ਦੀ ਧਰਤੀ ਆ ਪੁੱਤ ਜਿਹੜਾ ਇਹਨਾਂ ਨੂੰ ਮੰਨੇ ਠੀਕ ਆ ਇਹਦੀ ਨੌਵੀਂ ਲੈਣ ਆ ਜਿਹੜੀ ਪੁੱਤ ਇਹਦੇ ਵਿੱਚ ਨੌਵੀਂ ਲੈਣ ਦੇ ਵਿੱਚ ਸਾਰੇ ਦੇਵਤੇ ਆਉਂਦੇ ਆ ਸਾਰੇ ਸਾਜ ਆਉਂਦੇ ਆ ਸਾਰੇ ਸੰਤ ਫਕੀਰ ਆਉਂਦੇ ਆ ਇਹ ਕਰਕੇ ਪੜ੍ਹ ਕੇ ਵੇਖ ਲਈ ਪੁੱਤ ਫਿਰ ਗੱਲ ਕਰੀ ਆਪਣੇ ਤੂੰ ਆਪ ਨੂੰ ਨਹੀਂ ਪਤਾ ਤੈਨੂੰ ਕੀ ਸਿਖਾ ਦਿੰਦਾ ਇਹ ਥੋੜ੍ਹੀ ਸਿੱਖਾਂਗੇ ਕੋਈ ਗੱਲ ਨਹੀਂ ਤਾਂ ਸਿੱਖਿਆ ਕਰ ਮੁੰਡਾ ਆ ਜਾ ਕਰੀ ਆਹ ਮੁੰਡਾ ਜਿਹੜਾ ਗਾਉਣਾ ਇਹਨੂੰ ਪੁੱਛ ਕਿੰਨੀਆਂ ਕੱਪੜੇ ਆ ਇਹਨੂੰ ਪੁੱਛ ਕੇ ਸਕੂਲ ਦੇ ਵਿੱਚ ਗਿਆ ਇਹਨੂੰ ਕੋਈ ਚੁੰਡਾ ਵਾਲਾ ਆਉਂਦਾ ਨਹੀਂ ਗਿਆ ਬਾਪੂ ਜੀ ਅੱਜ ਤਾਂ ਇਹ ਸਕੂਲ 'ਚ ਨਹੀਂ ਗਿਆ ਹੈ ਤਾਂ ਦੱਸ ਕੀ ਆ ਗਵਾਉਣਾ ਮੈਂ ਇੱਥੇ ਗਵਾ ਕੇ ਖਾਣ ਇਹ ਵੀ ਕਿਹਾ ਸੀ ਸਿਰ ਕੇ ਗੱਡੀ ਤੋਂ ਚਾਰ ਕੁ ਸਾਲ ਲੱਤਾਂ ਪਾਸੇ ਮਾਰਦਾ ਰਿਹਾ ਇਹਨੂੰ ਪੁੱਛ ਦਿਹਾੜੀਆਂ ਕਰਦਾ ਰਿਹਾ ਹੈ ਇਹਨੂੰ ਪੁੱਛ ਲਾ ਇਹ ਤੇਰੇ ਨਾਲ ਸੀਗਾ ਦਿਹਾੜੀਆਂ ਵੀ ਤੂੰ ਤੇਰੇ ਮੂੰਹੇ ਵੀ ਕਰਦਾ ਸੀ ਨਾ ਤੇ ਜਿੱਦਾਂ ਲਾ ਕੇ ਲਕੀਰਾਂ ਕਢਾਈਆਂ ਸੇਵਾਦਾਰਾਂ ਨੇ ਸਾਥੀਆਂ ਨੇ ਤੇ ਲਕੀਰਾਂ ਕੱਢੀਆਂ ਨੇ ਉਹਦੇ ਨਾਲ ਪੁੱਛ ਲਿਆ ਜ਼ਿਆਦਾ ਵੀ ਗੁਰੂ ਕੁਮਾਰ ਦਾ ਬਹੁਤ ਔਖਾ ਗੁਰੂ ਦਾ ਕੁੜੀ ਦੇ ਵੀ ਤਾਕ ਬੰਨੇ ਸੀ ਉਹਨਾਂ ਨੂੰ ਆਪਦਾ ਨਹੀਂ ਪਤਾ ਸੀ ਇਹਨੂੰ ਕੀ ਦੱਸ ਦਿੰਦਾ ਹੈ ਜਿਹੜਾ ਪੱਕਾ ਤੇਰਾ ਗੁਰੂ ਸੀ ਉਹ ਰਿਟਾਇਰ ਹੋਇਆ ਸੀ ਕਾਹਦੇ 'ਚ ਹੋਇਆ ਸੀ ਹੋਰ ਚੋ ਉਹ ਜਿਵੇਂ ਪਹਿਲਾਂ ਉਹਨੂੰ ਆਪ ਨੂੰ ਨਹੀਂ ਪਤਾ ਸੀ ਤੈਨੂੰ ਤੇਰਾ ਕੀ ਦੱਸ ਦਿੰਦਾ ਹੈ ਸਿਆਣੇ ਕਹਿੰਦਾ ਜਾਂਦੇ ਰੱਖ ਦਿੰਦੇ ਆ ਉਹਨਾਂ ਅੱਖ ਰਖਾਉਂਦੇ ਉਹ ਗੱਲ ਆ ਉਹਨੂੰ ਤਾਂ ਆਪ ਨਹੀਂ ਪਤਾ ਤੈਨੂੰ ਵੀ ਦੇਦਾ ਪਤਾ ਇੱਕੀ ਦਿਨ ਪਤਾ ਹੈ ਮਾਈ ਦੇ ਆਪਦੇ ਘਰ ਦੇ ਵਿੱਚ ਜੋਤ ਨੂੰ ਠੀਕ ਆ ਸ਼ਾਮ ਸਵੇਰੇ ਜੋਤ ਚੜ੍ਹਨੀ ਚਾਹੀਦੀ ਤੇਰੇ ਘਰ ਦੇ ਵਿੱਚ ਠੀਕ ਆ ਬਾਬੇ ਦੇ ਜਾਂਦੇ ਜਾ ਕੇ ਇੱਕੀ ਦਿਨ ਲੱਸੀ ਪਾਉਣੀ ਹੈ ਫਿਰ ਵੇਖੀ ਤੂੰ ਕਹੂੰਗੀ ਬਾਬਾ ਖੜਦਾ ਨਹੀਂ ਖੜਦਾ ਤੇ ਪੁੱਤ ਤੂੰ ਵੀ ਪੁੱਛਾ ਕਰਦੀ ਹੈ ਸੰਗਤਾਂ ਤੋਰਦੀਆਂ ਪਰ ਮੈਨੂੰ ਪੁੱਤ ਮੈਂ ਤੇਰੇ ਤੇਰੇ ਦਾਤੇ ਅੰਗ ਸਮਝ ਖੜਾ ਮਰ ਮੈਂ ਤੇਰੇ ਬਾਰੇ ਗੱਲ ਨਹੀਂ ਕਰਦਾ ਠੀਕ ਆ ਪਰ ਜਿਹਨੂੰ ਆਪ ਨੂੰ ਨਹੀਂ ਆਤਾ ਸੀ ਤੈਨੂੰ ਕੀ ਦੱਸ ਦਿੰਦਾ ਉਹ ਇਹ ਤਾਂ ਕੁਛ ਕੀ ਲਿਖਾ ਜੀ ਪਤਾ ਪੁੱਤ ਮੈਂ ਇਹ ਮੇਰਾ ਬੱਚਾ ਇਹ ਸਿਰ 'ਤੇ ਹੱਥ ਰੱਖਿਆ ਮੈਂ ਆਪਦੇ ਇਹਦੇ ਸਿਰ 'ਤੇ ਆਉਣਾ ਅਤੇ ਕਿਸੇ ਨੂੰ ਪਤਾ ਨਹੀਂ ਮੈਂ ਲੱਗਣ ਦਾ ਆਪ ਮੈਂ ਉਹ ਆਪਦਾ ਪੁੱਤ ਬਣਾਇਆ ਪੁੱਤ ਅਤੇ ਤੇਰੇ ਸਾਹਮਣੇ ਵੇਖੀ ਕਰਦੀ ਪੁੱਛਾਂ ਹੈ ਅਤੇ ਨਾਂ ਲੈ ਕੇ ਘਰ ਤੋਂ ਪੜ੍ਹ ਕੇ ਲਿਆਉਂਦੀ ਜੀ ਆਪ ਕਹਿੰਦੀ ਨਾ ਅਸੀਂ ਖਾਣ ਪਾ ਕੇ ਕਿਸੇ ਨੂੰ ਭੱਜਣ ਦੇ ਦਿੱਤਾ ਪੁੱਤ ਅਤੇ ਇਵੇਂ ਤੂੰ ਇਹਨਾਂ ਨੂੰ ਕੱਢੂਗੀ ਪੁੱਤ ਇਹ ਤੈਨੂੰ ਮੈਂ ਬਚਨ ਕਰਦੇ ਲਿਆ ਸਵਾ ਸੱਤ ਮਿੰਟ ਦਾ ਚੋਲਾ ਠੀਕ ਆ ਜਦੋਂ ਤੂੰ ਐਂ ਤੈਨੂੰ ਚਾਨਣ ਹੋ ਜਾਏ ਤੇ ਸਵਾ ਸੱਤ ਮਿੰਟ ਦਾ ਚੋਲਾ ਲੈ ਕੇ ਪੁੱਤ ਮੇਰੇ ਆਸਣ ਦੇ ਮੱਥਾ ਟੇਕ ਤੇ ਰੰਗ ਸੰਗ ਨੱਚ ਲੱਗ ਮੈਨੂੰ ਦੁਖੀ ਹੋਣਾ ਪਰ ਪੁੱਤ ਨੇ ਬੱਚਾ ਬਣਾਇਆ ਤੇ ਸਿਰ ਤੇ ਆਉਣਾ ਜਦੋਂ ਕੱਲ੍ਹ ਨੂੰ ਕਵੇ ਵੀ ਬਾਪੂ ਆ ਕੁੜੇ ਸਿਰ ਤੋਂ ਤੇ ਮੇਰੇ ਆਉਣਾ ਮੈਂ ਤੇਰੇ ਨਹੀਂ ਆਉਂਦਾ ਇਹ ਮੇਰੇ ਪੁੱਤ ਗੋਦ ਭਾਈ ਇਹਦੇ ਪਰਿਵਾਰ ਨੇ ਇਹ ਝੋਲੀ 'ਚ ਪਾਈ ਵੀ ਹੈ ਮੇਰੇ ਠੀਕ ਆ ਉਹਦੇ ਕਾਰਨ ਪੁੱਤੇ ਦੇ ਮੈਂ ਅੰਗ ਸੰਗ ਰਹੂੰਗਾ ਇਹਨੂੰ ਮਰੀ ਪਾਈ ਨੂੰ ਲਿਆ ਸੀ ਪੁੱਤ ਬਿਨਾਂ ਸਾਹ ਖਤਮ ਸੀ ਇਹਦੇ ਸਾਹ ਸਾਹ ਪਾਏ ਪੁੱਤ ਇਹਨਾਂ ਇਹਦਾ ਪਰਿਵਾਰ ਵੀ ਹੋਊਗਾ ਇਹਨਾਂ ਨੂੰ ਪੁੱਛ ਲਾ ਗੱਲ ਕਰਕੇ ਪੁੱਤ ਮਰੀ ਪਈ ਲਿਆ ਸੁੱਟੀ ਚ ਦਰ ਚ ਵੀ ਖਤਮ ਹੋਣਾ ਦੇ ਇਹ ਚਾਹੁੰਦੀ ਕੀਤੀ ਹੈ ਮਰੀ ਪਈ ਪੁੱਤ ਤੇਰੇ ਤੇ ਵੀ ਮੈਂ ਚੱਲੂਗਾ ਪੁੱਤ ਠੀਕ ਆ ਪਰ ਮਾਈ ਚਲਾਊਂਗਾ ਤੇਰੇ ਤੇ ਬਾਬਾ ਵੀ ਚੱਲੂਗਾ ਤਾਂ ਪੁੱਤ ਚੱਲ ਪੁੱਤ ਉਹਨੇ ਸੱਚੇ ਦਰਬਾਰ ਤੋਂ ਤੇ ਕਰਾ ਬਣਾ ਨੂੰ ਪੁੱਛਿਆ ਮਰਦਾ ਬਹੁਤ ਸੱਚੇ ਦਰਬਾਰ ਦੀ ਉਹ ਚੱਲ ਲਾ ਦੇ ਤੀਰ ਟਿਕਾਣੇ ਤੇ ਸੱਚੇ ਦਰਬਾਰ
ਤੋਂ ਬਾਅਦ ਐਦਾਂ ਤੁਹਾਨੂੰ ਸਾਰਾ ਕੱਢਣ ਲਾ ਦੂੰ ਇਹ ਜੇ ਤੁਸੀਂ ਮੇਰੇ ਚੋਲੇ ਭੁਜਾਇਆ ਠੀਕ ਹੈ ਨਾ ਤੁਸੀਂ ਆਪਦੇ ਚੱਕਦੇ ਜਿਵੇਂ ਕਹਿੰਦੇ ਕੈਟਾਗੋਰੀ ਚੱਕੋ ਤੇ ਛੁੱਟੀ ਹੋ ਗਈ ਭੱਜ ਲਓ ਤੁਸੀਂ ਉਹ ਕੰਮ ਕਰਦੇ ਪੁੱਤ ਤੁਸੀਂ ਉੱਥੇ ਆਸਣ ਤੇ ਛੱਡੇ ਇਹ ਧਿਆਨ ਰੱਖਣਾ ਅੱਜ ਤੋਂ ਬਾਅਦ ਤੁਹਾਨੂੰ ਅੱਜ ਮੈਂ ਮਾਫ਼ ਕੀਤਾ ਤੇ ਨਹੀਂ ਤਾਂ ਤੁਸੀਂ ਆਪਦੇ ਬਜ਼ੁਰਗ ਨੂੰ ਸੇਵਾ ਦਾ ਤੁਹਾਨੂੰ ਬਿਨਾਂ ਕੱਪੜੇ ਦਾ ਤੁਹਾਨੂੰ ਕਰਨਾ ਤੁਹਾਨੂੰ ਪਤਾ ਜਾਊਗਾ ਲੱਗ ਤੁਹਾਨੂੰ ਅੱਗੇ ਵੀ ਮੈਂ ਹੀ ਕਰਦਾ ਕਰਦਾ ਦੁਨੀਆਂ ਤੋਂ ਪਾਠ ਚ ਪਏ ਮਾਰਦਾ ਪੁੱਤ ਲੀਰੋ ਲੀਰ ਕਰ ਦਿੰਦਾ ਤੇ ਤੁਸੀਂ ਅੱਜ ਤੋਂ ਬਾਅਦ ਗਲਤੀ ਨਹੀਂ ਕਰਨੀ ਤੁਹਾਨੂੰ ਮੈਂ ਦੱਸਦਾ ਇਹ ਨਾ ਸੋਚਿਆ ਕਰੋ ਯਾਰ ਤੁਸੀਂ ਸੋਚਿਆ ਸੀ ਨਵੇਂ ਸਵਾ ਕੇ ਲਿਆਂਦੇ ਤੇ ਨਵੇਂ ਪਾਲੇ ਤੇ ਬਸ ਇਹੀ ਚੱਲਣਗੇ ਹਨਾ ਹਾਂਜੀ ਬਾਪੂ ਜੀ ਨਵੇਂ ਚਾਰ ਨਾ ਰਿਆ ਕਰੋ ਪੁੱਤ ਠੀਕ ਹੈ ਜੀ ਮੇਰੇ ਚੋਲੇ ਤਾਂ ਮੇਰੇ ਹੀ ਚੱਲਣੇ ਆ ਹਾਂਜੀ ਬਾਪੂ ਹਾਂ ਮੇਰੇ ਪੁੱਤ ਚੋਲੇ ਤੁਸੀਂ ਆਪਣੀਆਂ ਮਰਜ਼ੀਆਂ ਨਾਲ ਲੈ ਕੇ ਸਵਾ ਲੈਣੇ ਆ ਇਹ ਨਹੀਂ ਚੱਲਣੇ ਠੀਕ ਹੈ ਤੁਹਾਨੂੰ ਮੈਂ ਦੱਸ ਦੇ ਜੀ ਬਾਪੂ ਅੱਜ ਤੋਂ ਬਾਅਦ ਇਹ ਕੰਮ ਨਾ ਕਰੋ ਜੀ ਆਪੋ ਤੁਹਾਨੂੰ ਦੀ ਇੱਥੇ ਮਤਾ ਦੇ ਸੱਤ ਲੱਗੀ ਨਾ ਸਾਡ ਮਾਈ ਨੂੰ ਯਾਦ ਕਰ ਆਪਦੇ ਵੱਡ ਵੱਡਿਆਂ ਨੂੰ ਯਾਦ ਕਰ ਚਲੀ ਪੁੱਤ ਹੋਏ ਬੋਲੀ ਸੱਤ ਦਰਬਾਰ ਦੀ ਚੱਲਦਾ ਵੇ ਤੀਰ ਟਿਕਾਏ ਤੇ ਪਰਮਜੀਤ ਹੈ ਜੀ ਕੋਈ ਜਿੱਦਾਂ ਪੈਸੇ ਦੇ ਗੇਟੋਂ ਬਾਹਰ ਹੀ ਰਹਿੰਦੀ ਉੱਥੇ ਅੰਦਰ ਲਿਆਉਗੀ ਠੀਕ ਆ ਜਿੱਥੇ ਤੂੰ ਗਈ ਸੀ ਪੁੱਤ ਉਹਨੇ ਪੁੱਤ ਜਿਹਨੂੰ ਕਹਿੰਦੇ ਮੁੱਠੀ ਬੀਜ ਕੇ ਐਡਰ ਤਲੀ ਦਿੱਤਾ ਸੀ ਚੋਰੀ ਚੋਡੀ ਸੀ ਪੁੱਤ ਮੁੱਠੀ ਬੀਜ ਕੇ ਕੁਛ ਕੀਤਾ ਸੀ ਮੁੱਠੀ ਬੀਜ ਕੇ ਸਿੱਧ ਕਰਿਆ ਹੱਥ ਰੱਖਿਆ ਸੁਣੇ ਹੈ ਇਹ ਉਹਦੀ ਲਾਈ ਸੀ ਪੁੱਤ ਇਹ ਪੁੱਛਾ ਨਹੀਂ ਕਰਦੀਆਂ ਹੁੰਦੀਆਂ ਇਹ ਮਰੀਆਂ ਕਿਤੇ ਪੁੱਛਾ ਕਰਦੀਆਂ ਹੁੰਦੀਆਂ ਦੁਖਦੀਆਂ ਭਾਵ ਦੁਖਦੀਆਂ ਉਹਦੇ ਕਾਰਨ ਦੁਖਦੇ ਪੁੱਤ ਤੇਰੀ ਅੱਜ ਤੋਂ ਬਾਅਦ ਨਹੀਂ ਦੁਖਣਗੀਆਂ ਤੇ ਤੈਨੂੰ ਅੱਜ ਤੋਂ ਪੁੱਤ ਦਵਾਈ ਦਾ ਪਹਿਰਾ ਰਹੂਗਾ ਦਵਾਈ ਦਾ ਭੂਤਾਂ ਦਾ ਪਹਿਰਾ ਬੈਠੀ ਜਕਾਰਾ ਪੁੱਤ ਮੇਰੇ ਸੱਚ ਬੋਲ ਸੱਚੇ ਦਰਬਾਰ